ਕਿਵੇਂ ਪਹੁੰਚਦੀ ਹੈ ਨਸ਼ੇ ਦੀ ਡਿਲੀਵਰੀ, ਪਾਕਿਸਤਾਨ ਤੋਂ ਭਾਰਤ ਕਿਵੇਂ ਆਉਂਦਾ ਹੈ ਨਸ਼ਾ, ਨਸ਼ਾ ਸਪਲਾਇਰ ਜੀਜੇ ਸਾਲੇ ਦੇ ਹੈਰਾਨੀਜਨਕ ਖੁਲਾਸੇ। ਜੀ ਹਾਂ, ਪਾਕਿਸਤਾਨ ਤੋਂ ਭਾਰਤ ਨਸ਼ੇ ਦੀ ਖੇਪ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਇਹ ਘਰ ਘਰ ਕਿਵੇਂ ਪਹੁੰਚਦੀ ਹੈ, ਇਸ ਨੂੰ ਲੈ ਕੇ ਪੁਲਿਸ ਹਿਰਾਸਤ ਚ ਆਏ ਜੀਜਾ ਸਾਲੇ ਦੇ ਵੱਲੋਂ ਹੈਰਾਨੀਜਨਕ ਖੁਲਾਸੇ ਕੀਤੇ ਗਏ ਨੇ, ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਖੇਪ ਕਿਵੇਂ ਪਾਕਿਸਤਾਨ ਤੋਂ ਮੰਗਵਾਉਂਦੇ ਸੀ ਤੇ ਫਿਰ ਪੰਜਾਬ ਦੇ ਵਿੱਚ ਵੀ ਘਰ ਘਰ ਜਾ ਕੇ ਦੇ ਕੇ ਆਉਂਦੇ ਸੀ। ਨਸ਼ੇ ਦੀ ਹੋਮ ਡਿਲੀਵਰੀ ਕਰਨ ਵਾਲੇ ਇਸ ਜੀਜੇ ਸਾਲੇ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਜਿਨ੍ਹਾਂ ਨੇ ਦੱਸਿਆ ਹੈ ਕਿ ਪਹਿਲੇ ਇਹ ਵਟਸਐਪ ਕਾਲ ਤੇ ਨਸ਼ੇ ਦੀ ਖੇਪ ਮੰਗਵਾਉਂਦੇ ਨੇ, ਫਿਰ ਡਰੋਨ ਰਾਹੀਂ ਪਾਕਿਸਤਾਨ ਤੋਂ ਇਹ ਨਸ਼ਾ ਭਾਰਤ ਪਹੁੰਚਦਾ ਹੈ, ਜਿਸ ਤੋਂ ਬਾਅਦ ਇਹ ਜੀਜਾ ਸਾਲਾ ਚੋਰੀ ਦੇ ਮੋਟਰਸਾਈਕਲ ਤੇ ਇਸ ਨਸ਼ੇ ਦੀ ਖੇਪ ਨੂੰ ਡਿਲੀਵਰ ਕਰਦੇ ਨੇ, ਘਰ ਘਰ ਹੋਮ ਡਿਲੀਵਰੀ ਕਰਦੇ ਨੇ। 1 ਕਿਲੋ ਹੈਰੋਇਨ ਦੇ ਉਹਨਾਂ ਨੂੰ 1.5 ਲੱਖ ਰੁਪਏ ਮਿਲਦੇ ਨੇ। ਜੀਜਾ ਸਾਲੇ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਇਸ ਵਾਰ ਵੀ ਵਟਸਐਪ ਕਾਲ ਤੇ ਖੇਪ ਮੰਗਵਾਈ ਗਈ, ਨਸ਼ਾ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤ ਵੀ ਆਇਆ ਅਤੇ ਫਿਰ ਉਹ ਚੋਰੀ ਦੇ ਮੋਟਰਸਾਈਕਲ ਤੇ ਘਰ ਘਰ ਇਸ ਦੀ ਡਿਲੀਵਰੀ ਦੇਣ ਜਾ ਰਹੇ ਸੀ ਤੇ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਲਿੰਕ ਨੇ ਜਿੱਥੋਂ ਇਹ ਨਸ਼ਾ ਮੰਗਵਾਉਂਦੇ ਨੇ ਤੇ ਨਸ਼ਾ ਵੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਪਹੁੰਚਦਾ ਹੈ, ਜਿੱਥੇ ਧੜੱਲੇ ਨਾਲ ਵਿਕਦਾ ਹੈ। ਇਹ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਇੱਕ ਜੀਜਾ ਸਾਲੇ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਤੋਂ 1 ਕਿਲੋ 20 ਗ੍ਰਾਮ ਹੈਰੋਇਨ ਵੀ ਫੜੀ ਹੈ। ਪੁਲਿਸ ਹਿਰਾਸਤ ਚ ਆਏ ਇਸ ਜੀਜਾ ਸਾਲੇ ਨੇ ਹੈਰਾਨੀਜਨਕ ਖੁਲਾਸੇ ਕੀਤੇ ਨੇ ਤੇ ਪੁਲਿਸ ਨੂੰ ਇੱਕ ਇੱਕ ਗੱਲ ਦੱਸੀ ਹੈ ਕਿ ਕਿਵੇਂ ਨਸ਼ਾ ਜਿਹੜਾ ਹੈ ਪਾਕਿਸਤਾਨ ਤੋਂ ਭਾਰਤ ਪਹੁੰਚਦਾ ਹੈ ਤੇ ਫਿਰ ਪੰਜਾਬ ਦੇ ਵਿੱਚ ਲੋਕਾਂ ਦੇ ਘਰ ਘਰ ਡਿਲੀਵਰ ਕੀਤਾ ਜਾਂਦਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਇਹਨਾਂ ਦੇ ਹੋਰ ਕਿੱਥੇ ਲਿੰਕ ਨੇ ਤੇ ਹੋਰ ਕਿੱਥੇ ਕਿੱਥੇ ਨਸ਼ੇ ਦੀ ਸਪਲਾਈ ਹੁੰਦੀ ਹੈ, ਇਸ ਦਾ ਖੁਲਾਸਾ ਵੀ ਜਲਦ ਹੋਵੇਗਾ। ਗੰਗੀ ਜੀ ਵੱਲੇ ਚੌਧਰ ਨੂਰ ਸ਼ਾਹ, ਪੁਲਿਸ ਨੇ ਜੀ ਅਸੀਂ ਡਰੋਨ ਤੋਂ 2 ਪੈਕਟ ਅੱਧਾ ਅੱਧਾ ਕਿਲੋ ਹੀਰੋ ਮੰਗਵਾਏ ਸੀ ਅਸੀਂ ਜੀ ਪਾਕਿਸਤਾਨ ਤੋਂ। ਉਹ ਸਰ ਇੱਥੋਂ ਦੇ ਫਾਜ਼ਿਲਕਾ ਦੇ ਇੱਕ ਮਤਲਬ ਅੱਗੋਂ ਸਾਨੂੰ ਕੋਈ ਪਾਲਟੀ ਦਿੰਦਾ ਹੁੰਦਾ ਅਤੇ ਉਹਨਾਂ ਸਾਨੂੰ ਉਸ ਨੰਬਰ ਦਿੱਤਾ ਸੀ ਵੀ ਹੁਣ ਦੋ ਜਦੋਂ ਤੁਹਾਡੇ ਇੱਥੇ ਆ ਜਾਓ ਉਸ ਤੋਂ ਬਾਅਦ ਮਤਲਬ ਤੁਸੀਂ ਲਿਜਾਣਾ ਨੇ ਸਾਨੂੰ ਫੋਨ ਕਰ ਦਿਆ ਜੀ ਅਸੀਂ ਤੁਹਾਡੇ ਕੋਲ ਫੜ ਲਾਂਗੇ ਜੀ ਵਟਸਐਪ ਰਾਹੀਂ। ਇਹ ਜੀ ਉਹਨਾਂ ਨੂੰ ਪਤਾ ਮਤਲਬ ਜਦੋਂ ਸਾਡੇ ਕੋਲ ਆ ਜਾਂਦੇ ਅਸੀਂ ਦੱਸਦੇ ਇਹਨਾਂ ਨੂੰ ਪਰੋ ਜੀ ਉਹ ਸਾਨੂੰ ਖੇਤਾਂ 'ਚ ਜਿੱਥੇ ਵੀ ਅਸੀਂ ਲਾਈਵ ਲੱਗੇ ਸਹੀ ਲੋਕੇਸ਼ਨ ਹੋਵੇ ਉੱਥੇ ਭੇਜਦੀ। ਇਹ ਸਾਨੂੰ ਸਰ ਹੋ ਗਏ ਮਤਲਬ ਪਹਿਲਾਂ ਤਾਂ ਅਸੀਂ ਡਰੋਨ ਰਾਹੀਂ ਤਾਂ ਕਦੇ ਨਹੀਂ ਉਹ ਵੇਚਦੇ ਰਹੇ ਜੀ ਡਰੋਨ। ਹਾਂਜੀ ਜੀ ਵਾਹਿਗੁਰੂ ਸੋ ਜੀ ਪਹਿਲੀ ਵਾਰ ਅੱਗੇ ਸਰ ਅਸੀਂ ਮਤਲਬ ਅਸੀਂ ਜੇ ਸਾਨੂੰ ਜਿਹੜਾ ਵੀ ਨੰਬਰ ਸੈਂਡ ਕਰਨਗੇ ਅਸੀਂ ਉਹਦੇ ਨੰਬਰ 'ਤੇ ਸਰ ਕਰ ਦਾਂਗੇ ਸਰ ਸਾਨੂੰ 1.5 ਲੱਖ ਕਿਲੋ ਦਾ ਜੀ। ਪਹਿਲਾਂ ਸਰ ਜੀ ਬਚਾਈ ਨਵੀਂ ਸ਼ੁਰੂ ਕਰਨ ਸੀ ਨਾਲ ਦਾ ਜੀ ਇੱਕ ਮੇਰਾ ਸਾਲਾ ਹੈ ਅਤੇ ਇੱਕ ਆ ਮੇਰਾ ਮਤਲਬ ਨੂਰ ਸ਼ਾਹ ਪਿੰਡ ਤੋਂ ਗਿਆ ਮੇਰੇ ਚਾਚਾ ਦੇ ਮੁੰਡਾ ਲੱਗਦਾ ਹੈ। ਨਹੀਂ ਜੀ ਉਹ ਮੁੱਲ ਅਸੀਂ ਲੈਂਦੇ ਸੀ ਇੱਥੇ ਸਰ ਵੱਧ ਕਾਫੀ ਲੋਕ ਵੇਚੀ ਜਾਂਦੇ ਵਿੱਚ ਇਲਾਵਾ ਫਾਜ਼ਿਲਕਾ ਜੇ ਤੁਸੀਂ ਮਿਲ ਫਿਰੋਜ਼ਪੁਰ ਤੋਂ ਕਾਫੀ ਮਿਲ ਜਾਂਦੀ ਹੈ 25 ਗ੍ਰਾਮ 100 ਤੱਕ ਲਿਆਉਣੀ ਪੈਸੇ ਦੇ ਸਿਰ 'ਤੇ। ਨਹੀਂ ਜੀ ਕਦੇ ਨਸ਼ਾ ਕੋਈ ਨਹੀਂ ਕੀਤਾ ਬਸ ਜੀ ਜਿਹੜੀ ਗਲਤੀ ਹੋਣੀ ਸੀ ਹੋ ਗਈ ਅੱਜ ਤੋਂ ਆਏ ਨਿਕਲੇ ਹੋ ਗਏ। ਹਾਂਜੀ ਸਰ ਗਰੀਬੀ ਹੀ ਕਰਤੇ ਬਹੁਤ ਪੜੇ ਜੀ ਮੈਂ ਤਾਂ 8 ਪੜਿਆ ਨਾਲ ਦੇ ਇਹ +2 ਪੜਿਆ। ਇਹ ਸਰ ਇੱਕ ਫਾਇਲ ਮਤਲਬ ਹੋ ਗਿਆ ਸਰਦਾਰ ਮੁੰਡਾ ਜਿਹਦਾ ਸਰ ਨੰਬਰ ਸਾਡੇ ਕੋਲ ਆਇਆ ਮੇਰਾ ਸਰ ਇੱਕ ਸਰ ਮੈਨੂੰ ਸਾਲ ਹੋ ਗਿਆ ਸਾਲ 5 ਮਹੀਨੇ ਹੋ ਗਏ ਵੀ ਉਹ ਤਾਂ ਸਰ ਹੋ ਗਏ ਕੱਟਣ ਘੱਟ 2 ਸਾਲ ਹੋ ਗਏ ਵੇਚਦੇ ਵੁਚਦੇ ਨੂੰ। ਉਹ ਸਰ ਫਾਇਲ ਕਰ ਦੋ ਚੰਗੀ ਉਹ ਤੇਰਾ ਕਵਲਪ੍ਰੀਤ ਕਵਲਪ੍ਰੀਤ ਉਹ ਸਰ ਆਹੀ ਕੰਮ ਕਰਦਾ ਵਾ ਫਾਇਲ ਕੈਮਰ ਕੋਲ ਕੋਲ ਸਰ ਐਮਰ ਕੋਲਜ ਕੋਲ ਸਰ ਸਰ। ਹਾਂਜੀ ਐਵੇਂ ਬਸ ਅੱਗੇ ਤੁਹਾਡੀ ਜਦੋਂ ਵੀ ਮਾਲਕ ਸੋ ਬਾਹਰ ਆ ਗਏ ਫਿਰ ਤਾਂ ਸਰ ਲਾਲਚ ਲਾਲਚ ਹਾਂਜੀ ਨਹੀਂ ਹੈਗਾ ਤੋ ਜੀ ਜੀ ਉਹਨੂੰ ਗਲਤੀ ਨਹੀਂ ਕਾਣੀ ਨੱਥਾ ਸਿੰਘ ਦੇ ਲਾਗੇ ਸੈਕਿੰਡ ਡਿਫੈਂਸ ਲਾਈਨ 'ਤੇ ਲਕਸ਼ਮਣ ਨਹਿਰ ਦੇ ਲਾਗੇ ਨਾਕਾ ਲੱਗਿਆ ਹੋਇਆ ਸੀ BSF ਦਾ ਅਤੇ ਪੰਜਾਬ ਪੁਲਿਸ ਦਾ। ਪੰਜਾਬ ਪੁਲਿਸ ਵੱਲੋਂ ਸਾਡੇ ਇੰਸਪੈਕਟਰ ਸਾਹਿਬ ਸੀਗੇ ਬਲਵੀਰ ਸਿੰਘ
ਅਤੇ ਆਪਣਾ BSF ਵੱਲੋਂ SC ਯਾਦਵ ਜਿਹੜੇ 160 ਬਟਾਲੀਅਨ ਦੇ ਕੰਪਨੀ ਕਮਾਂਡਰ ਨੇ, ਨਾਲ ਪੰਕਜ ਸ਼ਰਮਾ ਇਹਨਾਂ ਦੇ ਜਿਹੜੀ ਜੀ ਬ੍ਰਾਂਚ ਹੈ ਉਹਨਾਂ ਦੇ, ਬਾਕੀ BSF ਅਤੇ ਪੁਲਿਸ ਦਾ ਨਾਕਾ ਜੁਆਇੰਟ ਸੀਗਾ, ਉੱਥੇ ਮੁਖਬਰੀ ਹੋਈ। ਮੁਖਬਰ ਨੇ ਦੱਸਿਆ ਕਿ ਸੋਨੂੰ ਸਿੰਘ ਉਰਫ ਸੋਨੀ, ਪੁੱਤਰ ਜੀਤ ਸਿੰਘ, ਪੁੱਤਰ ਬੰਤਾ ਸਿੰਘ, ਇਹਦੇ ਨਾਲ ਅੰਗਰੇਜ਼ ਸਿੰਘ ਉਰਫ ਗੱਗੀ, ਪੁੱਤਰ ਜੋਗਿੰਦਰ ਸਿੰਘ, ਇਹ ਵਾਸੀਆਂ ਨੂਰ ਸ਼ਾਹ ਉਰਫ ਬੱਲੇ ਸ਼ਾਹ, ਥਾਣਾ ਸਦਰ ਫਾਜ਼ਿਲਕਾ ਦੇ ਰਹਿਣ ਵਾਲੇ ਨੇ। ਇਹ ਜਿਹੜਾ ਅੰਗਰੇਜ਼ ਹੈ, ਇਹ ਇੱਥੇ ਧਾਣੀ ਨੱਥਾ ਸਿੰਘ ਵਿਆਹ ਹੈ, ਨਾਲ ਇਹਦੇ ਇਹਦਾ ਸਾਲਾ ਸੀ ਗੁਰਬੰਟ ਸਿੰਘ ਉਰਫ ਬੰਟੀ, ਪੁੱਤਰ ਬਲਵਿੰਦਰ ਸਿੰਘ, ਵਾਸੀ ਢਾਣੀ ਨੱਥਾ ਸਿੰਘ, ਦਾਖਲੀ ਢੰਡੀ ਕਦੀਮ ਥਾਣਾ ਸਦਰ। ਇਹ ਮੁਖਬਰੀ ਹੋਈ ਵੀ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੀਰੋਇਨ ਮੰਗਵਾਉਣ ਦਾ ਕੰਮ ਕਰਦੇ ਨੇ, ਅਤੇ ਅੱਜ ਕੱਲ੍ਹ ਵੀ ਇਹਨਾਂ ਦੀ ਰਾਤ ਇਹਨਾਂ ਦੀ ਇੱਕ ਖੇਪ ਆਈ ਹੈ। ਅਗਰ ਨਾਕਾਬੰਦੀ ਕੀਤੀ ਜਾਵੇ ਤਾਂ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਇਹ ਆਪਣੇ 3 ਜਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਹ ਸ਼ਹਿਰ ਵੱਲ ਨੂੰ ਆ ਰਹੇ ਨੇ, ਜਿਸ 'ਤੇ BSF ਅਤੇ ਪੰਜਾਬ ਪੁਲਿਸ ਦਾ ਜੁਆਇੰਟ ਨਾਕਾ ਲੱਗਿਆ ਹੋਇਆ ਸੀ। ਇਹਨਾਂ ਨੂੰ ਰੋਕਿਆ ਗਿਆ ਨਾਕੇ 'ਤੇ, ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਮੋਟਰਸਾਈਕਲ ਬੰਦ ਹੋ ਗਿਆ, ਅਤੇ ਇਹਨਾਂ ਨੂੰ ਉੱਥੇ ਅਸੀਂ ਰੰਗੇ ਹੱਥੀਂ ਆਪਣਾ ਸਮੇਤ ਹੀਰੋਇਨ 500 ਗ੍ਰਾਮ ਇਹਨਾਂ ਨੂੰ ਕਾਬੂ ਕਰ ਲਿਆ, ਜਿਸ 'ਤੇ ਮੁਕੱਦਮਾ ਨੰਬਰ 33 ਡੇਟਡ 23/4/24 ਅੰਡਰ ਸੈਕਸ਼ਨ 21C ਅਤੇ 23/6/85 NDPS ਐਕਟ ਦਰਜ ਕੀਤਾ ਗਿਆ। ਅਤੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ, ਪੁੱਛਗਿੱਛ ਤੋਂ ਇਹਨਾਂ ਨੇ ਇਨਕਸਾਫ ਕੀਤਾ ਕਿ ਅਸੀਂ ਪਹਿਲਾਂ ਵੀ ਹੀਰੋਇਨ ਮੰਗਵਾਉਂਦੇ ਰਹਿੰਦੇ ਹਾਂ ਅਤੇ ਹੁਣ ਵੀ ਅਸੀਂ ਇਹਦੀ ਖੇਪ ਮੰਗਵਾਈ ਸੀ। ਇੱਕ ਪੈਕਟ ਤਾਂ ਵੀ ਸਾਨੂੰ ਮਿਲ ਗਿਆ ਸੀਗਾ ਹੀਰੋਇਨ ਦਾ, ਅਤੇ ਦੂਸਰਾ ਪੈਕਟ ਸਾਨੂੰ ਲੱਭਿਆ ਨਹੀਂ। ਜਿਸ ਦੀ ਲੜੀ ਵਿੱਚ ਦੂਸਰੇ ਦਿਨ BSF ਅਤੇ ਪੰਜਾਬ ਪੁਲਿਸ ਵੱਲੋਂ ਫਿਰ ਸਰਚ ਕੀਤੀ ਗਈ। ਸਰਚ ਦੇ ਦੌਰਾਨ 520 ਗ੍ਰਾਮ ਦਾ ਪੈਕਟ ਇੱਕ ਹੋਰ ਬਰਾਮਦ ਹੋਇਆ, ਅਤੇ BSF ਦੇ ਕੰਪਨੀ ਕਮਾਂਡਰ 160 ਬਟਾਲੀਅਨ ਦੇ ਜਿਹੜੇ ਹੈਗੇ SC ਯਾਦਵ, ਉਹਨਾਂ ਵੱਲੋਂ ਸਾਨੂੰ ਫਿਰ ਇੱਕ ਮੀਮੋ ਦਿੱਤਾ ਗਿਆ। ਮੀਮੋ ਦੇ ਆਧਾਰ 'ਤੇ ਅਸੀਂ ਇੱਕ ਹੋਰ FIR ਨੰਬਰ 36 ਦਰਜ ਕੀਤੀ ਗਈ, ਅਤੇ ਜਿਹਨੂੰ ਫਰਦ ਇਨਕਸ਼ਾਫ ਵੀ ਲਿਖਿਆ ਗਿਆ ਇਹਦਾ ਮੁਜਰਮ ਦਾ, ਜਿਸ ਦੇ ਆਧਾਰ 'ਤੇ ਇਹ ਮੁਕੱਦਮਾ ਦਰਜ ਕਰਕੇ ਇਹਦੀ ਵੀ ਤਫਤੀਸ਼ ਕੀਤੀ ਜਾਏਗੀ। ਇਹ ਆਪਣਾ ਢਾਣੀ ਨੱਥਾ ਸਿੰਘ ਦੇ ਇੱਥੇ ਇੱਕ ਖੇਤ 'ਚੋਂ ਬਰਾਮਦ ਹੋਈ ਹੈ। ਇਹ ਦੋਨੇ ਜਿਹੜੇ ਡਰੋਪਿੰਗ ਜਿਹੜੀ ਹੋਈ ਸੀ ਉਹਦੀ ਡਰੋਨ ਦੀ, ਇਹ ਢਾਣੀ ਨੱਥਾ ਸਿੰਘ ਦੇ ਖੇਤਾਂ ਵਿੱਚ ਇਹਨਾਂ ਦੇ ਘਰ ਦੇ ਕੋਲੋਂ ਹੋਈ ਸੀਗੀ। ਇਹ ਤਾਂ ਪਹਿਲਾਂ ਹੀ ਮੁਕੱਦਮਾ ਹੈ, ਅੰਗਰੇਜ਼ ਸਿੰਘ ਉਰਫ ਗੱਗੀ ਇਹਦਾ ਮੇਨ ਕਿੰਗ ਪਿੰਨ ਹੈਗਾ। ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤਰ੍ਹਾਂ ਵੀ ਕੁਛ ਦੱਸਣਗੇ ਇਹਨਾਂ ਦੇ ਫਾਰਵਰਡ ਲਿੰਕ ਅਤੇ ਬੈਕਵਰਡ ਲਿੰਕ ਚੈੱਕ ਕੀਤੇ ਜਾਣਗੇ, ਉਸ ਹਿਸਾਬ ਨਾਲ ਫਿਰ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਏਗੀ। ਇਹ ਤਿੰਨ ਮੁਜਰਮ ਹੈ, ਫਿਲਹਾਲ 3 ਨੇ, ਬਾਕੀ ਰਿਮਾਂਡ ਲੈ ਲਿਆ ਇਹਨਾਂ ਦਾ। ਰਿਮਾਂਡ ਤੋਂ ਲੈ ਕੇ ਪੁੱਛਗਿੱਛ ਕੀਤੀ ਜਾਏਗੀ, ਪੁੱਛਗਿੱਛ ਦੇ ਦੌਰਾਨ ਅਗਰ ਕੋਈ ਹੋਰ ਲਿੰਕੇਜ ਇਹਦੇ ਨਿਕਲਣਗੇ ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ। ਉਹ ਮੋਟਰਸਾਈਕਲ ਵੀ ਚੋਰੀ ਦਾ ਹੈ ਅਤੇ ਉਹ ਵੀ ਅਸੀਂ ਕਬਜ਼ੇ 'ਚ ਲੈ ਲਿਆ ਗਿਆ। ਅੰਗਰੇਜ਼ ਸਿੰਘ ਗੱਗੀ ਜਿਹੜਾ ਹੈਗਾ, ਇਹ ਇੱਥੇ ਵਿਆਹ ਹੋਇਆ ਸੀ, ਨਾਲ ਇਹਦਾ ਸਾਲਾ ਸੀਗਾ ਗੁਰਵੰਟ ਸਿੰਘ ਉਰਫ ਬੰਟੀ, ਅਤੇ ਇੱਕ ਇਹਦਾ ਦੋਸਤ ਇਹਦੇ ਆਇਆ ਹੋਇਆ ਸੀ ਘਰ,